ਜੀ, ਮਾਣਯੋਗ CM ਸਾਹਿਬ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਅਤੇ ਮਾਣਯੋਗ DGP ਸਾਹਿਬ ਅਤੇ ਸਾਡੇ ਮਾਣਯੋਗ SSP ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਸ਼ਿਆਂ ਦੇ ਵਿਰੁੱਧ ਜਿਹੜੀ ਪੰਜਾਬ ਪੁਲਿਸ ਮੁਹਿੰਮ ਚਲਾ ਰਹੀ ਹੈ, ਉਸ ਦੇ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਨੂੰ ਬੱਸੀ ਪਠਾਣਾ ਪੁਲਿਸ ਸਟੇਸ਼ਨ ਦੇ ਵਿੱਚ ਬਹੁਤ ਬੜੀ ਸਫਲਤਾ ਮਿਲੀ ਹੈ ਅਤੇ ਇੱਕ ਸ਼ੱਕੀ ਮੋਟਰਸਾਈਕਲ ਦੇ ਉੱਤੇ ਇੱਕ ਵਿਅਕਤੀ ਮਿਲਿਆ ਸੀ। ਮੋਟਰਸਾਈਕਲ ਇਹ ਜਿਹੜਾ ਨਾਕਾ T-ਪੁਆਇੰਟ ਸ਼ਹੀਦਗੜ੍ਹ 'ਤੇ ਲੱਗਿਆ ਹੋਇਆ, ਉੱਥੇ ਉਹਨਾਂ ਨੇ ਰਾਊਂਡ ਅਪ ਕੀਤਾ ਅਤੇ ਬੰਦੇ ਦੇ ਕੋਲੋਂ ਉਹਦੇ ਕੋਲ 2 ਕਿਲੋ ਅਫੀਮ ਜਿਹੜੀ ਹੈ ਉਹ ਬਰਾਮਦ ਹੋਈ ਹੈ। 9/24 ਇਹ FIR ਦਿੱਤੀ ਗਈ ਹੈ ਜੀ। ਇਸ ਤੋਂ ਇਲਾਵਾ ਕੱਲ੍ਹ ਹੀ ਸ਼ਾਮ ਨੂੰ 10/24 FIR ਰਜਿਸਟਰ ਕੀਤੀ ਗਈ ਹੈ, ਜਿਹਦੇ ਵਿੱਚ ਇੱਕ ਪੈਦਲ ਵਿਅਕਤੀ ਵੱਲੋਂ ਸ਼ੱਕੀ ਜਿਹੜਾ ਵਿਅਕਤੀ ਸਾਨੂੰ ਮਿਲਿਆ, ਰਾਊਂਡ ਅਪ ਕੀਤਾ, ਉਹਦੇ ਕੋਲੋਂ 92 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ। ਇਹ ਜੀ ਮੁੱਢਲੀ ਤਫਤੀਸ਼ ਤੋਂ ਤਾਂ ਇਹੀ ਹੈ ਵੀ ਵੇਚਣ ਵਾਸਤੇ ਲੈ ਕੇ ਆਉਂਦੇ ਸੀ, ਬਾਕੀ ਅਸੀਂ ਹਜੇ ਤਫਤੀਸ਼ ਇਹਦੀ ਕਰ ਰਹੇ ਹਾਂ। ਜੋ ਵੀ ਅੱਗੇ ਇਹਦੀ ਫਾਈਂਡਿੰਗਸ ਆਉਣਗੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਦਾ ਹਾਂ। ਗ੍ਰਿਫਤਾਰੀ ਹੋ ਗਈ? ਹਾਂਜੀ, ਗ੍ਰਿਫਤਾਰੀ ਇਹਨਾਂ ਦੋ ਬੰਦਿਆਂ ਦੀ।